ਉਂਗਲੀ ਦੇ ਇਸ਼ਾਰੇ ਤੇ ਨੱਚਣ ਵਾਲਾ ਗੁੱਡਾ। ਸਮੱਗਰੀ: ਗੁੱਡੇ ਦੇ ਅੰਗ ਬਣਾਉਣ ਲਈ ਗੱਤਾ, ਮੋਟਾ ਤੀਲਾ, ਗੂੰਦ ਜਾਂ ਫੈਵੀਕਵਿਕ, ਧਾਗਾ, ਸੂਈ, ਕੈਂਚੀ ਅਤੇ ਸਕੈਚ ਕਲਰ। ਵਿਧੀ: ਗੁੱਡੇ ਦੇ ਸਰੀਰ ਅਤੇ ਬਾਹਾਂ ਲਈ ਦੋਹਰਾ ਗੱਤਾ ਲਓ ਅਤੇ ਸਿਰ, ਧੜ ਅਤੇ ਬਾਹਾਂ ਨੂੰ ਦੂਹਰੇ ਗੱਤੇ ਵਿੱਚੋਂ ਕੱਟੋ। ਬਾਹਾਂ ਦੇ ਹੇਠਲੇ ਹਿੱਸੇ ਲਈ ਅਤੇ ਲੱਤਾਂ ਇਕਹਿਰੇ ਗੱਤੇ ਵਿੱਚੋਂ ਕੱਟੋ। ਸੂਈ ਨਾਲ ਇਹਨਾਂ ਅੰਗਾਂ ਦੇ ਕਿਨਾਰਿਆਂ 'ਤੇ ਛੇਕ ਕਰੋ। ਇਸ ਲਈ ਤੁਸੀਂ ਗੱਤੇ ਹੇਠਾਂ ਕੋਈ ਨਰਮ ਚੀਜ਼ ਜਿਵੇਂ ਰਬੜ ਦੀ ਸ਼ੀਟ ਵੀ ਰੱਖ ਸਕਦੇ ਹੋ। ਹੁਣ ਫੈਵੀਕਵਿਕ ਨਾਲ ਮੋਟੇ ਤੀਲੇ ਨੂੰ ਸਰੀਰ ਦੇ ਜਾਂ ਧੜ ਦੇ ਵਿਚਕਾਰ ਚਿਪਕਾਓ। ਬਾਕੀ ਅੰਗਾਂ ਨੂੰ ਵੀ ਸੂਈ ਅਤੇ ਧਾਗੇ ਦੀ ਸਹਾਇਤਾ ਨਾਲ ਜੋੜੋ। ਬਾਹਾਂ ਅਤੇ ਲੱਤਾਂ ਨੂੰ ਵੀ ਇਸੇ ਤਰ੍ਹਾਂ ਸਰੀਰ ਨਾਲ ਜੋੜ ਦਿਓ ਤਾਂ ਜੋ ਇਹ ਆਸਾਨੀ ਨਾਲ ਹਿਲ ਜੁਲ ਸਕਣ। ਹੁਣ ਗੁੱਡੇ ਵਿੱਚ ਸਕੈਚ ਕਲਰ ਨਾਲ ਰੰਗ ਭਰ ਦਿਓ। ਤੁਹਾਡਾ ਨੱਚਣ ਵਾਲਾ ਗੁੱਡਾ ਤਿਆਰ ਹੈ। ਚਲੋ ਸ਼ੁਕਰੀਆ, ਤਾਂ ਸਾਨੂੰ ਕਹੀਂ ਨਹੀਂ ਕੁਛ ਮਸਤ ਹੈ। ਹਾਂ, ਹੇ ਮਸਤ ਹੈ, ਹੇ ਮਸਤ ਹੈ।